गुरु प्यारे सत्संग जीओ वड्डे पाका वाले प्यारे जब जी साहब जी की रोज की रोज जो आप सारे रल मिल के कथा विचार की सांझ पाने हैं आओ अज 27वीं पौड़ी की सांझ पाईए जी सतगुरां दे कोलों सिद्धा ने पुछिया सतगुरु जी जिहड़े रब दी तुसीं गल करदे आ उहदा दर किदां दा जी उहदा उहनां दा घर किदां दा जिथे बैठ के सारिआं दी सांभ संभाल करदे आ सो दर कीहा सो घर कीहा जित बह सरब संभाले इहदे सारिआं दी संभाल करदे धन श्री गुरु ग्रंथ साहिब महाराज दी बाणी विच इह प्यारिओ तीन वारी ਇਹ ਸ਼ਬਦ ਆਉਂਦਾ ਸੋ ਦਰ ਵਾਲਾ ਇੱਕ ਵਾਰੀ ਤੇ ਜਪਜੀ ਸਾਹਿਬ ਵਿੱਚ ਆਉਂਦਾ ਇੱਕ ਵਾਰੀ ਰਹਿਰਾ ਸਾਹਿਬ ਵਿੱਚ ਇੱਕ ਵਾਰੀ ਆਸਾ ਰਾਗ ਦੇ ਵਿੱਚ ਤੇ ਤਿੰਨ ਵਾਰੀ ਇਹ ਸ਼ਬਦ ਆ ਤੇ ਤਿੰਨੀ ਵਾਰੀ ਆਪਾਂ ਧਿਆਨ ਦੇ ਨਾਲ ਜੇ ਪੜਾਂਗੇ ਤੇ ਇਹ ਤਿੰਨ ਵਾਰੀ ਆਪਾਂ ਪੜਾਂਗੇ ਆਪਾਂ ਨੂੰ ਪਤਾ ਲੱਗੂਗਾ ਧਿਆਨ ਨਾਲ ਪੜ ਕੇ ਕਿ ਤਿੰਨਾਂ ਵਿੱਚ ਥੋੜਾ ਥੋੜਾ ਫਰਕ ਜ਼ਰੂਰ ਆ ਹੁਣ ਆਪਾਂ ਜਪਜੀ ਸਾਹਿਬ ਵਿੱਚ ਪੜੀਦਾ ਸੋਦਰ ਕਿਹਾ ਸੋ ਕਰ ਕਿਹਾ ਰਹਿਰਾ ਸਾਹਿਬ ਵਿੱਚ ਪੜੀਦਾ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਇਹਦਾ ਤਿੰਨਾਂ ਵਿੱਚ ਫਰਕ ਆਉਣਾ ਧਿਆਨ ਦੇ ਨਾਲ ਪੜਨਾ ਸਤਿਗੁਰਾਂ ਨੇ ਬਹੁਤ ਆਤ ਜਿੱਥੇ ਵੀ ਇੱਕ ਸ਼ਬਦ ਨੂੰ ਦੂਸਰੀ ਵਾਰੀ ਵਰਤਿਆ ਉੱਥੇ ਫਰਕ ਪਿਆ ਹੁਣ ਸਲੋਕ ਪੜੀਦਾ ਜਪਜੀ ਸਾਹਿਬ ਜੀ ਦਾ ਪਵਣ ਗੁਰੂ ਪਾਣੀ ਪਿਤਾ ਇਹ ਸਲੋਕ ਜੇ ਦੂਸਰੇ ਥਾਂ ਤੇ ਆਇਆ ਉੱਥੇ ਲਿਖਿਆ ਪੌਣ ਗੁਰੂ ਪਾਣੀ ਪਿਤਾ ਤੇ ਆਪਾਂ ਇਸ ਸਲੋਕ ਵਿੱਚ ਕਹੀਦਾ ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਦੋਂ ਇਹ ਦੂਸਰੀ ਥਾਂ ਧਿਆਇਆ ਉੱਥੇ ਆ ਗਿਆ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਫਰਕ ਹੈ ਇਸ ਕਰਕੇ ਸਤਿਗੁਰੂ ਜੀ ਸਾਨੂੰ ਵਾਰ ਵਾਰ ਸੁਚੇਤ ਰਹਿਣ ਵਾਸਤੇ ਕਹਿ ਰਹੇ ਆ ਕਿ ਪਿਆਰਿਆ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੂੜ ਆ ਇਹਨੂੰ ਧਿਆਨ ਦੇ ਨਾਲ ਪੜ੍ਹਨਾ ਧਿਆਨ ਦੇ ਨਾਲ ਪੜ੍ਹਨਾ ਇਸ ਕਰਕੇ ਜਦੋਂ ਹੁਣ ਸਿੱਧ ਪੁੱਛ ਰਹੇ ਆ ਸਤਿਗੁਰੂ ਜੀ ਉਹਦਾ ਦਰ ਕਿੱਦਾਂ ਦਾ ਘਰ ਕਿੱਦਾਂ ਦਾ ਜਿੱਥੇ ਬੈਠ ਕੇ ਸਾਂਭ ਸੰਭਾਲ ਸਾਰੀ ਸ੍ਰਿਸ਼ਟੀ ਦੀ ਕਰ ਰਹੇ ਆ ਸੋ ਦਰ ਕਿਹਾ ਉਹ ਦਰ ਕਿੱਦਾਂ ਦਾ ਆ ਇਹੋ ਜਿਹਾ ਆ ਸੋ ਘਰ ਕਿਹਾ ਉਹ ਰੱਬ ਦਾ ਘਰ ਕਿਹੋ ਜਿਹਾ ਆ ਜਿੱਤ ਬਹਿ ਸਰਬ ਜਿੱਥੇ ਬਹਿ ਕੇ ਸਾਰਿਆਂ ਦੀ ਸੰਭਾਲੇ ਸਾਂਭ ਸੰਭਾਲ ਹੁੰਦੀ ਆ ਜੀ ਉਹ ਕਿੱਦਾਂ ਦਾ ਆ ਤੇ ਸਤਿਗੁਰੂ ਜੀ ਉੱਤਰ ਦਿੰਦੇ ਅੱਗੇ ਜੀ ਕਹਿੰਦੇ ਉਹ ਦਰ ਵਿੱਚ ਉਸ ਘਰ ਵਿੱਚ ਵਾਜੇ ਨਾਦ ਅਨੇਕ ਅਸੰਖਾਂ ਅਸੰਖ ਦੀ ਆਪਾਂ ਗੱਲ ਕਰ ਚੁੱਕੇ ਪਹਿਲਾਂ ਅਣਗਿਣਤ ਜਿਹਦੀ ਗਿਣਤੀ ਨਾ ਹੋ ਸਕੇ ਉੱਥੇ ਅਨੇਕਾਂ ਹੀ ਨਾਦ ਭਾਵ ਕੇ ਸਾਜ ਵੱਜਦੇ ਆ ਜਿਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ ਬੇਅੰਤ ਹੀ ਆ ਜੀ ਬੇਅੰਤ ਹੀ ਰਾਗ ਛਿੜੇ ਹੋਏ ਕੇਤੇ ਵਾਵਣ ਹਾਰੇ ਹੁਣ ਸਿੱਧਾ ਨੇ ਕਿਹਾ ਕਹਿੰਦੇ ਜੀ ਤੁਸੀਂ ਕਹਿੰਦੇ ਇੰਨੇ ਉੱਥੇ ਨਾਦ ਵੱਜ ਰਹੇ ਆ ਜਿਹਨਾਂ ਦੀ ਗਿਣਤੀ ਨਹੀਂ ਤੇ ਉਹ ਉਹਨਾਂ ਦੇ ਵਜਾਉਣ ਵਾਲੇ ਵੀ ਹੋਊਗੇ ਕਹਿੰਦੇ ਜੇ ਅਣਗਿਣਤ ਸਾਜ ਵੱਜ ਰਹੇ ਆ ਤੇ ਕੇਤੇ ਵਾਵਣ ਹਾਰੇ ਉਹਨਾਂ ਦੇ ਕਈ ਵਜਾਉਣ ਵਾਲੇ ਵੀ ਜਿਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਵਣ ਹਾਰੇ ਵਜਾਉਣ ਵਾਲੇ ਉਹ ਦਰ ਘਰ ਐਸਾ ਕੇਤੇ ਰਾਗ ਪਰੀ ਸਿਉਂ ਕਹੀਆਂ ਕਈ ਰਾਗ ਆ ਪਰੀ ਦਾ ਅਰਥ ਕਹਿਣਾ ਰਾਗਣੀਆਂ ਰਾਗਾਂ ਦੇ ਘਰ ਵਾਲੀਆਂ ਰਾਗ ਤੇ ਰਾਗਣੀਆਂ ਉਹਦੇ ਜਸ ਨੂੰ ਗਾ ਰਹੇ ਆ ਕੇਤੇ ਗਾਵਣ ਹਾਰੇ ਉਹ ਰਾਗਾਂ ਨੂੰ ਗਾਉਣ ਵਾਲੇ ਵੀ ਬੇਅੰਤ ਹੀ ਆ ਉਹਦਾ ਦਰ ਘਰ ਐਸਾ ਉੱਥੇ ਬੈਠ ਕੇ ਸਾਰੇ ਉਹਦੀ ਵਡਿਆਈ ਕਰ ਰਹੇ ਆ ਸਾਰੇ ਕਿੰਨੇ ਹੀ ਰਾਗ ਆ ਕਿੰਨੀਆਂ ਹੀ ਰਾਗਣੀਆਂ ਆ ਕਿੰਨੇ ਹੀ ਉਹਨਾਂ ਨੂੰ ਗਾਉਣ ਵਾਲੇ ਆ ਗਾਵਹਿ ਤੁਹਨੋਂ ਪੌਣ ਪਾਣੀ ਬੈ ਸੰਤਰ ਮੈਂ ਨਹੀਂ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਆ ਕਿਉਂਕਿ ਸਾਡਾ ਹਾਲ ਇੱਦਾਂ ਦਾ ਹੋ ਗਿਆ ਅਸੀਂ ਕਹਿ ਦਈਦਾ ਇਹ ਜਗ ਮਿੱਠਾ ਤੇ ਅਗਲਾ ਕਹਿੰਦੇ ਡਿੱਠਾ ਵੀ ਇੱਥੇ ਹੀ ਆ ਕੇ ਕੁਛ ਵੀ ਨਹੀਂ ਆ ਕੁਛ ਇਹ ਨਹੀਂ ਹੁੰਦਾ ਜੀ ਇਹ ਕੋਈ ਧਰਮ ਰਾਜ ਨਹੀਂ ਕੋਈ ਚਿੱਤਰ ਗੁਪਤ ਨਹੀਂ ਕੁਛ ਨਹੀਂ ਗਾ ਪਰ ਆਹ ਜਿਹੜੀ ਪੌੜੀ ਆ ਧਿਆਨ ਦੇ ਨਾਲ ਤੁਸੀਂ ਸੁਣਨੀ ਆ ਅਰਥ ਵੀ ਧਿਆਨ ਨਾਲ ਸੁਣਨੇ ਦੇ ਵਿੱਚ ਸਤਿਗੁਰੂ ਕੀ ਕਹਿੰਦੇ ਆ ਅਸੀਂ ਤੇ ਉਹ ਮੰਨਣਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਆ ਜੋ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਸਤਿਗੁਰੂ ਕਹਿੰਦੇ ਉਹ ਘਰ ਐਸਾ ਆ ਗਾਵਹਿ ਤੁਹਨੋਂ
ਪੌਣ ਪਾਣੀ ਬੈ ਸੰਤਰੇ ਵਾਹਿਗੁਰੂ ਪਰਮੇਸ਼ਰ। ਹੁਣ ਪਰਮੇਸ਼ਰ ਨੂੰ ਸਨਮੁਖ ਰੱਖ ਕੇ ਸਤਿਗੁਰੂ ਜੀ ਵਿਚਾਰ ਦੱਸਦੇ ਆ ਸਿੱਧਾ ਨੂੰ ਕਿ ਪੌਣ ਹਵਾ ਪਾਣੀ ਬੈ ਸੰਤਰ ਕਹਿੰਦੇ ਅੱਗ ਨੂੰ। ਹਵਾ ਵੀ ਪਾਣੀ ਵੀ ਅਗਨੀ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਆ। ਬਿਹਾਗੜੇ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੇ ਰਾਮ। ਹਵਾ ਵੀ ਪਾਣੀ ਵੀ ਅਗਨੀ ਵੀ ਉਹ ਸਾਰੇ ਜਪ ਰਹੇ ਆ ਜੀ, ਸਾਰੇ ਜਪ ਰਹੇ ਆ। ਅੱਛਾ ਜੀ, ਗਾਵੇ ਤੂੰ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਤੇਰੇ ਦਰ ਤੇ ਬੈਠਾ, ਤੇਰੇ ਦੁਆਰੇ ਤੇ ਬੈਠਾ, ਧਰਮ ਰਾਜ ਵੀ ਤੇਰੇ ਜਸ ਨੂੰ ਗਾ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਤੇਰੇ ਜਸ ਨੂੰ ਧਰਮ ਰਾਜ ਵੀ ਗਾ ਰਿਹਾ ਹੈ, ਉਹ ਵੀ ਤੇਰੇ ਹੁਕਮ ਦੇ ਅੰਦਰ ਆ। ਗਾਵੇ ਹੈ ਚਿੱਤ ਗੁਪਤ ਲਿਖ ਜਾਣਾ ਹੈ, ਜਿਹੜੇ ਲਿਖਣਾ ਜਾਣਦੇ ਸਾਡੇ ਕਰਮਾਂ ਦੇ ਲੇਖੇ ਜੋਖੇ ਨੂੰ। ਚਿੱਤਰ ਤੇ ਗੁਪਤ ਇਹਦੀ ਵੱਖਰੀ ਵੱਖਰੀ ਵਿਆਖਿਆ ਰੱਬ ਦੇ ਪਿਆਰਿਆਂ ਨੇ ਕੀਤੀ ਆ, ਵੱਖਰੀ ਵੱਖਰੀ, ਜਿੱਦਾਂ ਜਿੱਦਾਂ ਕਿਸੇ ਨੂੰ ਸਮਝ ਪਈ ਓਦਾਂ ਓਦਾਂ ਕਰ ਦਿੱਤੀ। ਇਹ ਵੀ ਅਸੀਂ ਸੁਣਿਆ, ਚਿੱਤਰ ਜਿਹੜਾ ਸਾਡੇ ਸੱਜੇ ਮੋਢੇ ਤੇ ਬੈਠਾ ਆ, ਗੁਪਤ ਜਿਹੜਾ ਸਾਡੇ ਖੱਬੇ ਮੋਢੇ ਤੇ ਬੈਠਾ ਆ, ਸਾਡੀਆਂ ਜੋ ਵੀ ਵਿਚਾਰਾਂ ਆ, ਜੋ ਵੀ ਗੱਲਾਂ, ਜੋ ਕਰਮ ਸਾਰੇ ਲਿਖੀ ਜਾਂਦੇ ਆ। ਇਹ ਵੀ ਵਿਚਾਰ ਰੱਬ ਦੇ ਪਿਆਰੇ ਨੇ ਕੀਤੀ, ਚਿੱਤਰ ਜਿਹੜਾ ਦਿਸ ਰਿਹਾ ਆ, ਜੋ ਅਸੀਂ ਆਪਣੇ ਹੱਥਾਂ ਨਾਲ ਪੈਰਾਂ ਨਾਲ ਕਰ ਰਹੇ, ਜਿਹੜਾ ਦੁਨੀਆਂ ਦੇ ਸਾਹਮਣੇ ਵੀ ਜ਼ਾਹਰ ਹੋ ਜਾਂਦਾ, ਫਲਾਨੇ ਨੇ ਚੋਰੀ ਕੀਤੀ ਮੈਂ ਦੇਖਿਆ, ਇਹਦੇ ਹੋ ਗਿਆ ਚਿੱਤਰ। ਇਹ ਕੰਮ ਚਿੱਤਰ ਨੇ ਲਿਖਣਾ ਜੀ, ਜਿਹੜੇ ਇੱਦਾਂ ਦੇ ਕਰਮ ਕੀਤੇ। ਇੱਕ ਹੁੰਦੇ ਗੁਪਤ, ਹੁਣ ਮੈਂ ਬੈਠਾ ਆ, ਬੈਠਾ ਮਨ ਵਿੱਚ ਕੀ ਸੋਚੀ ਜਾਂਦਾ ਨਾਲ ਦੇ ਨੂੰ ਨੀ ਪਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਵਿੱਚ ਮੈਂ ਭੈੜਾ ਸੋਚਦਾ, ਚੰਗਾ ਸੋਚਦਾ, ਇੱਕ ਨਾਲ ਦੇ ਨੂੰ ਵੀ ਨੀ ਪਤਾ, ਉਹ ਅੰਦਰਲੀਆਂ ਗੁਪਤ ਗੱਲਾਂ ਹੋ ਜਾਂਦੀਆਂ, ਉਹ ਗੁਪਤ ਲਿਖ ਲੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਿੱਤਰ ਗੁਪਤ ਸਾਡੇ ਕੀਤੇ ਹੋਏ ਕਰਮਾਂ ਨੂੰ ਲਿਖਣਾ ਜਾਣਦੇ ਆ, ਲਿਖ ਲਿਖ ਧਰਮ ਵਿਚਾਰੇ ਉਹ ਜੋ ਲਿਖਦੇ ਆ, ਧਰਮ ਰਾਜੇ ਦੀ ਕਚਹਿਰੀ ਵਿੱਚ ਜਾਂਦਾ, ਉੱਥੇ ਸਾਡੇ ਕਰਮਾਂ ਦੀ ਵਿਚਾਰ ਕੀਤੀ ਜਾਂਦੀ ਆ, ਉਹ ਚਿੱਤਰ ਗੁਪਤ ਵੀ ਵਾਹਿਗੁਰੂ ਪਰਮੇਸ਼ਰ ਜੀ ਤੁਹਾਨੂੰ ਗਾ ਰਹੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਿੱਤ ਗੁਪਤ ਕਰਮ ਹਜਾਨ, ਦਿਨ ਰਹਿਣ ਸਾਫ ਸੁਣਾਏ, ਉਹ ਜਿੰਨੀ ਵੀ ਸਾਡੀ ਵਿਥਾ ਵੇ ਸਾਰੀ ਸੁਣਾਉਂਦੇ ਜਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਾਵ ਹੈ ਈਸਰ ਬ੍ਰਹਮਾ ਬ੍ਰਹਮਾ ਦੇਵੀ, ਈਸਰ ਕਹਿੰਦੇ ਸ਼ਿਵ ਜੀ ਭਗਵਾਨ ਜੀ ਨੂੰ, ਬ੍ਰਹਮਾ ਬ੍ਰਹਮਾ ਨੂੰ, ਦੇਵੀ ਦੇਵੀਆਂ ਜਿੰਨੀਆਂ ਵੀ ਆ, ਜਾਂ ਇਹਨਾਂ ਦੀਆਂ ਦੇਵੀਆਂ ਜਿੱਦਾਂ ਸ਼ਿਵ ਜੀ ਭਗਵਾਨ, ਪਾਰਵਤੀ, ਬ੍ਰਹਮਾ, ਸਰਸਵਤੀ, ਜਿਹੜੇ ਬਹੁਤ ਸ਼ੋਭਦੇ ਆ, ਜਿਹਨਾਂ ਨੂੰ ਸਵਾਰਿਆ ਵੀ ਤੁਸੀਂ, ਸੋਹਣ ਸਦਾ ਸਵਾਰੇ, ਜਿਹੜੇ ਸਦਾ ਹੀ ਸ਼ੋਭਦੇ ਰਹਿੰਦੇ ਆ, ਸਵਾਰੇ ਭਾਵ ਜਿਹੜੇ ਤੁਸੀਂ ਸਾਜੇ ਆ, ਉਹ ਸ਼ਿਵ ਜੀ ਭਗਵਾਨ ਵੀ, ਬ੍ਰਹਮਾ ਵੀ, ਉਹਨਾਂ ਦੀਆਂ ਦੇਵੀਆਂ ਵੀ, ਸਾਰੇ ਤੁਹਾਨੂੰ ਗਾ ਰਹੇ ਆ। ਗਾਵੇ ਹੈ ਇੰਦ ਇਦਾਸਣ ਬੈਠੇ, ਇੰਦ ਦਾ ਅਰਥ ਹੋ ਗਿਆ ਇੰਦਰ ਦੇਵ, ਇੰਦਾਸਣ ਇੰਦਰ ਦਾ ਆਸਣ, ਉਹ ਵੀ ਆਪਣੇ ਆਸਣ ਤੇ ਬੈਠ ਕੇ, ਦੇਵਤਿਆਂ ਦਰ ਨਾਲੇ, ਇੱਥੇ ਦਰ ਦਾ ਅਰਥ ਆ ਬਈ ਦਲ, ਪੂਰਾ ਦੇਵਤਿਆਂ ਦਾ ਜਿੰਨਾ ਵੀ ਦਲ ਆ, ਇੰਦਰ ਦੇਵ ਦੇ ਦੇਵਤਿਆਂ ਦਾ ਜਿੰਨਾ ਵੀ ਦਲ ਆ, ਜਿੰਨਾ ਵੀ ਇਕੱਠ ਆ, ਸਾਰੇ ਸਾਰੇ ਦੇ ਸਾਰੇ ਇਹ ਵਾਹਿਗੁਰੂ ਪਰਮੇਸ਼ਰ ਤੁਹਾਡੇ ਜਸ ਨੂੰ ਸਾਰੇ ਗਾ ਰਹੇ ਆ। ਗਾਵੇ ਹੈ ਸਿੱਧ ਸਮਾਧੀ ਅੰਦਰ, ਸਤਿਗੁਰੂ ਕਹਿੰਦੇ ਹੇ ਸਿੱਧੋ ਤੁਸੀਂ ਇੱਥੇ ਪਹਾੜਾਂ ਤੇ ਆ ਕੇ, ਇੱਦਾਂ ਇੱਦਾਂ ਦੇ ਪਰਬਤਾਂ ਤੇ ਆ ਕੇ ਕਿਉਂ ਬੈਠੇ ਆ? ਕਹਿੰਦੇ ਜੀ ਰੱਬ ਨੂੰ ਮਿਲਣ ਲਈ। ਤੇ ਜਦੋਂ ਅੱਖਾਂ ਬੰਦ ਕਰਕੇ ਬੈਠਦੇ ਆ ਸਮਾਧੀ ਵਿੱਚ, ਕਹਿੰਦੇ ਜਸ ਨੂੰ ਗਾਉਂਦੇ? ਕਹਿੰਦੇ ਰੱਬ ਦੇ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਤਿਗੁਰੂ ਕਹਿੰਦੇ ਗਾਵੇ ਸਿੱਧ ਸਮਾਧੀ ਅੰਦਰ, ਹੇ ਸਿੰਧੂ ਤੁਸੀਂ ਵੀ ਸਮਾਧੀ ਚ ਬੈਠ ਕੇ ਅੰਦਰੋ ਅੰਦਰੀ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਉਣੇ। ਗਾਵੇ ਹੈ ਗਾਵਨ ਸਾਧ ਵਿਚਾਰੇ, ਤੇ ਜਿਹੜੇ ਰੱਬ ਦੇ ਪਿਆਰੇ ਸਾਧੂ ਸੰਤ ਆ, ਮਹਾਂਪੁਰਖ ਆ, ਗੁਰਮੁਖ ਪਿਆਰੇ ਆ, ਉਹ ਵੀ ਤੁਹਾਡੇ ਜਸ ਨੂੰ ਗਾਉਂਦੇ ਆ, ਤੁਹਾਡੇ ਜਸ ਦੀ ਵਿਚਾਰ ਕਰਦੇ ਆ। ਗਾਵਨ ਜਤੀ ਸਤੀ ਸੰਤੋਖੀ, ਜਤੀ ਜਿਹੜੇ ਕਾਮ ਚੇਸ਼ਟਾ ਵਿੱਚ ਨਹੀਂ ਖੁੱਭਦੇ, ਵਿਸ਼ੇ ਵਿਕਾਰਾਂ ਵਿੱਚ ਨਹੀਂ ਖੁੱਭਦੇ, ਉਹਨਾਂ ਨੂੰ ਕਿਹਾ ਜਾਂਦਾ ਜਤੀ। ਸਤੀ ਜਿਹੜੇ ਸਦਾ ਹੀ ਸੱਚ ਤੇ ਚੱਲਦੇ ਆ,
ਸੰਤੋਖੀ ਜਿਨ੍ਹਾਂ ਅੰਦਰ ਸੰਤੋਖ ਅੱਤ ਦਾ ਆ, ਸਬਰ ਆ, ਜਿਹਦਾ ਛੇ ਜਤੀ ਮੰਨੇ ਗਏ ਆ, ਉਹਨਾਂ ਵਿੱਚੋਂ ਲਛਮਣ ਜੀ ਨੂੰ ਵੀ ਜਤੀ ਗਿਆ। ਭਾਵੇਂ ਇਹਨਾਂ ਦਾ ਵਿਆਹ ਹੋਇਆ ਸੀ, ਦੇਖੋ ਫਿਰ ਵੀ ਜਤੀਆਂ ਵਿੱਚ ਆਏ। ਕਿਉਂ? ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਏਕਾ ਨਾਰੀ ਜਤੀ ਹੋਏ, ਜੇ ਪਿਆਰਿਆ ਤੂੰ ਵਿਆਹਿਆ ਵੀ ਆ, ਗ੍ਰਹਿਸਥੀ ਵੀ ਆ, ਤੇਰਾ ਖਿਆਲ ਤੇਰੀ ਘਰ ਵਾਲੀ ਤੋਂ ਪਰੇ ਕਦੀ ਗਿਆ ਹੀ ਨਹੀਂ, ਤੇ ਤੂੰ ਜਤੀ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਤੀ ਜਿਵੇਂ ਕਿ ਲਛਮਣ ਜੀ, ਸਤੀ ਸਤਵਾਦੀ ਜਿੱਦਾਂ ਰਾਜਾ ਹਰੀਸ਼ ਚੰਦਰ, ਹੁਣ ਇਹਨਾਂ ਦੀਆਂ ਸਾਖੀਆਂ ਸ਼ੁਰੂ ਕਰੀਏ, ਬੜੀਆਂ ਵੱਡੀਆਂ ਵੱਡੀਆਂ ਹੋ ਜਾਣੀਆਂ। ਸੰਤੋਖੀ, ਪਰ ਇਹ ਰਾਜਾ ਹਰੀਸ਼ ਚੰਦਰ ਦੀ ਵੀ ਸੁਣੀ ਹੋਣੀ ਆ ਤੁਸੀਂ, ਲਛਮਣ ਜੀ ਬਾਰੇ ਵੀ ਸੁਣਿਆ। ਸੰਤੋਖੀ ਹੋਏ ਜੀ, ਬੇਅੰਤ ਹੋਏ, ਉਹਦਾ ਉਹਨਾਂ ਵਿੱਚੋਂ ਚੁਣਕ ਰਿਖੀ ਇੱਕ ਹੋਏ ਆ। ਕਹਿੰਦੇ ਐਸੇ ਵੀ ਪਿਆਰੇ ਸਾਰੇ ਤੇਰੇ ਜਸ ਨੂੰ ਗਾਉਂਦੇ। ਚੁਣਕ ਰਿਖੀ ਇੱਦਾਂ ਦੇ ਸੰਤੋਖੀ ਸੀਗੇ, ਅੰਦਰ ਇੰਨਾ ਧੀਰਜਤਾ ਇੰਨੀ ਹੁੰਦੀ ਸੀ, ਜੋ ਮਿਲ ਜਾਣਾ ਛੱਕ ਲੈਣਾ, ਜੇ ਨਹੀਂ ਮਿਲਿਆ ਪਰ ਰੱਬ ਦਾ ਜਸ ਨੂੰ ਗਾਈ ਜਾਣਾ। ਉਧਰੋਂ ਕਦੀ ਵੀ ਆਪਣਾ ਸਮਾਂ ਵਿਅਰਥ ਨਹੀਂ ਸੀ ਗਵਾਉਂਦੇ। ਹੁਣ ਸਮਾਂ ਕਿਹੜਾ ਆ ਗਿਆ, ਤਰ੍ਹਾਂ ਤਰ੍ਹਾਂ ਦੇ ਖਾਣੇ ਚਾਹੀਦੇ ਆ। ਆਹ ਤੇ ਕਹਿਣਾ ਕੱਲ ਵੀ ਬਣਾਇਆ ਸੀ, ਆਹ ਸਬਜ਼ੀ ਤੇ ਪਰਸੋਂ ਵੀ ਬਣਾਈ ਸੀ। ਇਹਨਾਂ ਦੇ ਪਰਿਵਾਰ ਵਿੱਚ ਚਾਰ ਜੀ ਸੀ ਜੀ, ਇੱਕ ਇਹ ਚੁਣਕ ਰਿਸ਼ੀ ਆਪ, ਦੂਸਰੀ ਇਹਨਾਂ ਦੇ ਘਰ ਵਾਲੀ, ਤੀਜਾ ਇਹਨਾਂ ਦਾ ਲੜਕਾ, ਚੌਥੀ ਇਹਨਾਂ ਦੀ ਨੌਂ। ਜਦੋਂ ਵੀ ਇਹਨਾਂ ਦੇ ਘਰ ਖਾਣਾ ਕਿਤੇ ਪੱਕਣਾ ਨਾ, ਭਾਵੇਂ ਦੂਸਰੇ ਦਿਨ ਚੌਥੇ ਦਿਨ, ਜਦੋਂ ਇਹਨਾਂ ਨੂੰ ਜਾਣੀ ਮਿਲਣਾ, ਉਹ ਖਾਣੇ ਦੇ ਪੰਜ ਹਿੱਸੇ ਕਰ ਲੈਣੇ। ਚਾਰ ਹਿੱਸੇ ਇਹਨਾਂ ਦੇ ਆਪਣੇ ਤੇ ਪੰਜਵਾਂ ਪਰਮੇਸ਼ਰ ਦਾ, ਅਕਾਲ ਪੁਰਖ ਦਾ। ਤੇ ਉਹ ਪੰਜਵਾਂ ਹਿੱਸਾ ਕਿਸੇ ਰੱਬ ਦੇ ਪਿਆਰੇ ਨੂੰ ਕੋਈ ਵੀ ਰਾਹੀ ਹੋਵੇ ਜਾਂ ਉਹਨੂੰ ਛਕਾ ਕੇ ਰੱਬ ਸਮਝ ਕੇ ਉਹਨੂੰ ਛਕਾ ਦੇਣਾ, ਫਿਰ ਆਪ ਛਕਣਾ। ਏਦਾਂ ਦਾ ਵਕਤ ਆ ਗਿਆ, ਏਦਾਂ ਦਾ ਸਮਾਂ ਆ ਗਿਆ, ਵਰਖਾ ਬੜੀ ਹੋਈ, ਮੀਂਹ ਬੜਾ ਪਿਆ, ਜਲ ਥਲ ਹੋ ਗਿਆ, ਕਈ ਦਿਨ ਲਗਾਤਾਰ ਹੀ ਮੀਂਹ ਪੈਂਦਾ ਰਿਹਾ। ਸੱਤ ਦਿਨ ਹੋ ਗਏ ਸੀ ਜੀ, ਇਹਨਾਂ ਸਾਰੇ ਪਰਿਵਾਰ ਨੇ ਪ੍ਰਸ਼ਾਦਾ ਨਹੀਂ ਸੀ ਛਕਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਮੀਂਹ ਹਟਿਆ, ਅੱਠਵੇਂ ਦਿਨ ਚੁਣਕ ਰਿਸ਼ੀ ਕਹਿੰਦੇ ਵੀ ਏਦਾਂ ਤੇ ਹੁਣ ਸਵਾਸ ਪੂਰੇ ਹੋ ਸਕਦੇ ਆ, ਪਰਿਵਾਰ ਸਾਰਾ ਹੀ ਖਤਮ ਹੋ ਸਕਦਾ, ਮੈਂ ਕੁਛ ਨਾ ਕੁਛ ਦੇਖ ਕੇ ਲੈ ਕੇ ਆਵਾਂ। ਕਿਸੇ ਨੇ ਕੀੜਿਆਂ ਦੇ ਭੌਣ ਦੇ ਉੱਪਰ ਨਾ ਦਲੀਆ ਸਿੱਟਿਆ ਸੀ, ਅੱਜ ਕੱਲ ਵੀ ਸਿੱਟਦੇ ਆ ਨਾ, ਉਹ ਜਿਹੜਾ ਦਲੀਆ ਸੀ ਕੀੜੇ ਖਾ ਕੇ ਸਾਰੇ ਪਰੇ ਹੋ ਗਏ, ਉਹ ਬਚਿਆ ਪਿਆ ਸੀ, ਚੱਕ ਕੇ ਲੈ ਆਏ। ਇਹਨਾਂ ਨੇ ਕੀਤਾ, ਘਰ ਆ ਕੇ ਪਾਣੀ ਵਿੱਚ ਘੋਟਣਾ ਸ਼ੁਰੂ ਕਰ ਦਿੱਤਾ, ਵੀ ਉਹ ਜਿਹੜਾ ਅੰਨ ਵਾਲਾ ਦਲੀਏ ਵਾਲਾ ਪਾਣੀ ਪੀਵਾਂਗੇ, ਅੰਦਰ ਨੂੰ ਅੰਦਰ ਸਾਡਾ ਜੀਣ ਯੋਗ ਰਹਿ ਜਾਊਗਾ, ਅੰਦਰ ਨੂੰ ਕੁਛ ਧੀਰਜਤਾ ਮਿਲੂਗੀ। ਘੋਟ ਲਿਆ ਜੀ, ਪੰਜ ਹਿੱਸੇ ਕਰ ਲਏ ਉਹਦੇ, ਪੰਜ ਹਿੱਸੇ ਜਦੋਂ ਕੀਤੇ ਤੇ ਹੁਣ ਪੰਜਵਾਂ ਜਿਹੜਾ ਪਰਮੇਸ਼ਰ ਦਾ ਹਿੱਸਾ ਕਿਸੇ ਰੱਬ ਦੇ ਪਿਆਰੇ ਗੁਰਮੁਖ ਪਿਆਰੇ ਨੂੰ ਉਡੀਕ ਰਿਹਾ ਵੀ ਉਹ ਆ ਕੇ ਛਕੂਗਾ ਤੇ ਫਿਰ ਅਸੀਂ ਛਕਾਂਗੇ। ਹੁਣ ਉਹਦੀ ਪਰਖ ਕਰਨ ਵਾਸਤੇ ਵਾਹਿਗੁਰੂ ਪਰਮੇਸ਼ਰ ਆਪ ਬੁੱਢੇ ਬ੍ਰਾਹਮਣ ਦਾ ਰੂਪ ਧਾਰ ਕੇ ਆ ਗਿਆ। ਇੱਕ ਸਮਝਣੀ ਆ ਜੀ ਗੱਲ, ਆਪਾਂ ਸਿਰਫ ਸਮਝਣੀ। ਇਹਨਾਂ ਦੇ ਆਉਂਦਿਆਂ ਸਾਰ ਉਹਨਾਂ ਨੂੰ ਆਦਰ ਨਾਲ ਬਿਠਾਇਆ, ਪੰਜਵਾਂ ਹਿੱਸਾ ਉਹਨਾਂ ਦੇ ਸਾਹਮਣੇ ਰੱਖ ਦਿੱਤਾ, ਉਹਨਾਂ ਨੇ ਛਕ ਲਿਆ। ਹੁਣ ਹੈ ਤੇ ਪਰਖ ਹੋ ਰਹੀ ਸੀ, ਕਹਿੰਦੇ ਜੀ ਭੁੱਖ ਜ਼ਿਆਦਾ ਲੱਗੀ ਹੈ, ਜੇ ਹਟੀ ਨਹੀਂ ਥੋੜਾ ਜਿਹਾ ਹੋਰ ਮਿਲ ਸਕਦਾ। ਚੁਣਕ ਰਿਸ਼ੀ ਨੇ ਆਪਣਾ ਹਿੱਸਾ ਰੱਖ ਦਿੱਤਾ, ਕਹਿੰਦੇ ਜੀ ਤ੍ਰਿਪਤੀ ਤੇ ਹਜੇ ਵੀ ਨਹੀਂ ਹੋਈ, ਇਹਨਾਂ ਨੇ ਆਪਣੇ ਘਰ ਵਾਲੀ ਦਾ ਹਿੱਸਾ ਰੱਖ ਦਿੱਤਾ। ਹੋਰ ਮੰਗ ਲਿਆ, ਇਹਨਾਂ ਨੇ ਆਪਣੇ ਪੁੱਤਰ ਵਾਲਾ ਤੇ ਨੌਂ ਵਾਲਾ ਹਿੱਸਾ ਵੀ ਰੱਖ ਦਿੱਤਾ। ਇਹਦਾ ਸਾਰਿਆਂ ਦਾ ਹਿੱਸਾ ਛੱਕ ਹੈ, ਪਰ ਇਹਨਾਂ ਦੇ ਪਰਿਵਾਰ ਵਿੱਚ ਕਿਸੇ ਦੇ ਅੰਦਰ ਵੀ ਘਿਰਣਾ ਨਹੀਂ ਆਈ, ਮਾੜਾ ਖਿਆਲ ਨਹੀਂ ਆਇਆ। ਕਿਉਂ? ਸਾਰਾ ਪਰਿਵਾਰ ਹੀ ਸੰਤੋਖੀ ਤੇ ਭਗਵਾਨ ਬੜੇ ਪ੍ਰਸੰਨ ਹੋਏ, ਪ੍ਰਗਟ ਹੋ ਗਏ ਸਾਹਮਣੇ ਅਸਲੀ ਰੂਪ ਦੇ ਵਿੱਚ। ਇਹਨਾਂ ਸਾਰੇ ਪਰਿਵਾਰ ਨੇ ਚਰਨਾਂ 'ਚ ਮੱਥਾ ਟੇਕਿਆ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਹਿਣ ਲੱਗੇ ਵੀ ਹੇ ਰਿਸ਼ੀ ਜੀ, ਵੀ ਤੁਸੀਂ ਤੇ ਤੁਹਾਡਾ ਸਾਰਾ ਪਰਿਵਾਰ ਬੜਾ ਸੰਤੋਖੀ ਆ, ਦੁਰਲੱਭ ਆ ਤੁਹਾਡਾ ਪਰਿਵਾਰ, ਕੀ ਤੁਹਾਡੇ ਮਨ ਦੀ ਇੱਛਾ ਹੈ ਮੰਗੋ। ਤੇ ਚੁਣਕ ਰਿਸ਼ੀ ਜੀ ਬਸ ਚੁੱਪ ਹੀ ਰਹੇ।
ਫਿਰ ਸੰਤੋਖੀ ਕਹਿੰਦੇ ਜੇ ਮੰਗ ਹੀ ਲਿਆ ਕੋ ਸਤਨਾਮ ਸ੍ਰੀ ਵਾਹਿਗੁਰੂ, ਕਿੱਡੀ ਗੱਲ ਆ ਜੇ ਮੰਗ ਹੀ ਲਿਆ। ਫਿਰ ਤਾਂ ਸੀਗੇ ਭੁੱਖੇ, ਪਰ ਉਹ ਤੇ ਸੰਤੋਖੀ ਆ ਨਾ, ਮੰਗਿਆ ਹੀ ਨੀ ਕੁਛ। ਪਰ ਅਕਾਲ ਪੁਰਖ ਨੇ ਬਿਨਾਂ ਮੰਗੇ ਸਭ ਕੁਛ ਦੇਤਾ ਕੋ ਸਤਨਾਮ ਸ੍ਰੀ ਵਾਹਿਗੁਰੂ। ਇਹੋ ਜਿਹੇ ਸੰਤੋਖੀ, ਇਹੋ ਜਿਹੇ ਜਤੀ, ਇਹੋ ਜਿਹੇ ਸਤੀ ਸਾਰੇ ਉਹਦੇ ਜਸ ਨੂੰ ਗਾਉਂਦੇ। ਗਾਵੇ ਹੈ ਵੀਰ ਕਰਾਰੇ, ਵੀਰ ਕਹਿੰਦੇ ਯੋਧਿਆਂ ਸੂਰਮਿਆਂ ਨੂੰ, ਕਰਾਰੇ ਬਹੁਤ ਤਕੜੇ ਸੂਰਮੇ, ਤਕੜੇ ਸੂਰਮੇ, ਉਹ ਵੀ ਵਾਹਿਗੁਰੂ ਪਰਮੇਸ਼ਰ ਤੇਰੇ ਜਸ ਨੂੰ ਗਾਉਂਦੇ। ਸਾਨੂੰ ਹੋਰ ਚੋਰ ਮਿਲੇ, ਅਸੀਂ ਹਾਰੀਏ, ਭਾਵੇਂ ਕਿਸੇ ਤਰੀਕੇ ਨਾਲ ਕਿਸੇ ਮੰਗ ਨੂੰ ਰੱਖ ਕੇ ਗਾਉਂਦੇ ਹੈ। ਗਾਵਨ ਪੰਡਿਤ ਪੜ੍ਹਨ ਰਖੀਸਰ, ਤੇਰੇ ਜਸ ਨੂੰ ਪੰਡਿਤ ਵੱਡੇ ਵੱਡੇ ਵਿਦਵਾਨ ਤੁਹਾਡੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਤੁਹਾਡੇ ਜਸ ਨੂੰ ਗਾ ਰਹੇ ਆ। ਰਖੀਸਰ ਮਹਾਤਮਾ ਵੱਡੇ ਵੱਡੇ ਰਿਸ਼ੀਆਂ ਦੇ ਈਸ਼ਵਰ, ਜਿਹੜੇ ਵੱਡੇ ਵੱਡੇ ਤੱਤ ਵੇਤੇ ਮਹਾਤਮਾ ਆ, ਉਹ ਵੀ ਤੁਹਾਡੇ ਜਸ ਨੂੰ ਗਾ ਰਹੇ ਆ। ਯੁੱਗ ਯੁੱਗ ਵੇਦਾਂ ਨਾਲ, ਚਾਰੇ ਯੁੱਗ ਚਾਰੇ ਵੇਦਾਂ ਰਾਹੀਂ ਤੇਰੇ ਜਸ ਨੂੰ ਗਾ ਰਹੇ ਆ। ਮੈਂ ਜਲਦੀ ਜਲਦੀ ਤਾਂ ਇਹਦੀ ਕਥਾ ਕਰੀ ਜਾਂਦਾ ਕਿਉਂਕਿ ਇਹ ਪੌੜੀ ਵੱਡੀ ਆ ਜੀ। ਇਹਦਾ ਕੱਲ੍ਹ ਵੀ ਆਪਾਂ ਅਮੁੱਲ ਗੁਣ ਵਾਲੀ ਦੀ ਵਿਚਾਰ ਕੀਤੀ ਸੀ, ਕਾਫੀ ਲੰਬੀ ਹੋ ਗਈ ਸੀ। ਗਾਵੇ ਹੈ ਮੋਹਣੀਆਂ ਮਨ ਮੋਹਨ, ਮਨ ਨੂੰ ਮੋਹਣ ਵਾਲੀਆਂ ਇਸਤਰੀਆਂ ਵੀ ਤੇਰੇ ਜਸ ਨੂੰ ਗਾਉਂਦੀਆਂ ਆ। ਸੁਰਗਾ ਮਾਸ਼ ਪਿਆਲੇ, ਉਹ ਚਾਹੇ ਸਵਰਗ ਲੋਕ ਚ ਰਹਿੰਦੀਆਂ, ਸੁਰਗਾ ਦਾ ਅਰਥ ਸਵਰਗ ਲੋਕ, ਮਾਸ਼ ਮ੍ਰਿਤਯੂ ਲੋਕ ਜਿੱਥੇ ਆਪਾਂ ਰਹਿੰਦੇ ਹਾਂ, ਪਿਆਲੇ ਪਤਾਲ ਲੋਕ, ਮਨ ਨੂੰ ਮੋਹਣ ਵਾਲੀਆਂ ਇਸਤਰੀਆਂ ਜਿਹੜੀਆਂ ਕਿਸੇ ਦੇ ਵੀ ਮਨ ਨੂੰ ਮੋਹ ਲੈਂਦੀਆਂ ਆ, ਉਹ ਭਾਵੇਂ ਸਵਰਗ ਲੋਕ ਚ ਰਹਿੰਦੀਆਂ, ਚਾਹੇ ਮ੍ਰਿਤਯੂ ਲੋਕ ਧਰਤੀ ਤੇ ਰਹਿੰਦੀਆਂ, ਚਾਹੇ ਪਤਾਲ ਲੋਕ ਚ ਰਹਿੰਦੀਆਂ, ਉਹ ਵੀ ਤੇਰੇ ਜਸ ਨੂੰ ਗਾ ਰਹੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਾਵਨ ਰਤਨ ਉਪਾਏ ਤੇਰੇ, ਜਦੋਂ ਸਮੁੰਦਰ ਰਿੜਕਿਆ ਉਹਦੇ ਵਿੱਚੋਂ 14 ਰਤਨ ਨਿਕਲੇ, ਉਹ ਵੀ ਤੇਰੇ ਜਸ ਨੂੰ ਗਾਉਂਦੇ ਆ। ਪਰ ਜਿਹੜੇ ਰਤਨਾਂ ਤੋਂ ਵੀ ਅਮੋਲਕ ਤੇਰੇ ਪਿਆਰੇ ਆ, ਜਿਹੜੇ ਤੂੰ ਹੀ ਪੈਦਾ ਕੀਤੇ ਆ, ਉਹ ਵੀ ਤੇਰੇ ਜਸ ਨੂੰ ਗਾਉਂਦੇ। 68 ਤੀਰਥ ਨਾਲੇ, 68 ਤੀਰਥ ਹਿੰਦੂ ਧਰਮ ਦੇ ਵਿੱਚ ਮੰਨੇ ਗਏ, ਜਿਹਨਾਂ ਦਾ ਬੜਾ ਸਤਿਕਾਰ ਦੱਸਿਆ ਜਾਂਦਾ, ਉਹ ਵੀ ਤੇਰੇ ਜਸ ਨੂੰ ਗਾ ਰਹੇ ਆ। ਤੇ ਨਾਲ ਦੀ ਨਾਲ ਜਿੰਨੇ ਉੱਤੇ ਰੱਬ ਦੇ ਪਿਆਰੇ ਮਹਾਂਪੁਰਖ ਰਹਿੰਦੇ, ਉਹ ਵੀ ਤੇਰੇ ਜਸ ਨੂੰ ਗਾ ਰਹੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਾਵੇ ਹੈ ਜੋਧ ਮਹਾਬਲ ਸੂਰਾ, ਤੇਰੇ ਜਸ ਨੂੰ ਯੋਧੇ ਵੀ ਗਾਉਂਦੇ ਆ, ਤੇ ਵੱਡੇ ਵੱਡੇ ਮਹਾਬਲੀ ਸੂਰਮੇ ਵੀ ਤੇਰੇ ਜਸ ਨੂੰ ਗਾਉਂਦੇ ਆ। ਗਾਵੇ ਹੈ ਖਾਣੀ ਚਾਰੇ, ਚਾਰ ਖਾਣੀਆਂ ਜੀ, ਸ੍ਰਿਸ਼ਟੀ ਦੀ ਉਤਪਤੀ ਚਾਰ ਤਰ੍ਹਾਂ ਹੁੰਦੀ ਆ। ਚਾਰ ਖਾਣੀਆਂ ਕਿਹੜੀਆਂ? ਅੰਡਜ, ਜੇਰਜ, ਸੇਤਜ, ਉਤਪੁਜ। ਅੰਡਜ ਜਿਹੜੇ ਆਂਡਿਆਂ ਤੋਂ ਪੈਦਾ ਹੁੰਦੇ, ਜੇਰਜ ਜਿਹੜੇ ਜੇਰ ਤੋਂ ਪੈਦਾ ਹੁੰਦੇ, ਆਂਡਿਆਂ ਤੋਂ ਪੈਦਾ ਹੋਣ ਵਾਲੇ ਪੰਛੀ ਹੋ ਗਏ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਪਸ਼ੂ ਹੋ ਗਏ, ਆਪਾਂ ਹੋ ਗਏ ਮਨੁੱਖ, ਸੇਤਜ ਗਰਮੀ ਤੋਂ ਮੈਲ ਤੋਂ ਪੈਦਾ ਹੋਣ ਵਾਲੇ, ਜਿੱਦਾਂ ਬਰਸਾਤਾਂ ਦੇ ਸਮੇਂ ਵਿੱਚ ਕਿੰਨੇ ਭਵੱਕੜ ਨਿਕਲ ਆਉਂਦੇ ਆ, ਇੱਦਾਂ ਦੀਆਂ ਚੀਜ਼ਾਂ। ਉਤਪੁੱਜ ਉੱਗਣ ਵਾਲੀਆਂ ਜ਼ਮੀਨ ਦੇ ਵਿੱਚ ਜਿੰਨੀਆਂ ਵੀ ਸਬਜ਼ੀਆਂ ਆ, ਆਪਾਂ ਹਰਾ ਬੀਜੀ ਦਾ ਘਾਹ ਆ, ਜੋ ਵੀ ਉੱਗਣ ਵਾਲਾ, ਇਹ ਚਾਰ ਤਰੀਕਿਆਂ ਦੇ ਨਾਲ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਆ, ਵਾਧਾ ਹੁੰਦਾ ਆ। ਇਹ ਚਾਰੇ ਖਾਣੀਆਂ ਤੁਹਾਡੇ ਜਸ ਨੂੰ ਗਾ ਰਹੀਆਂ। ਗਾਵੇ ਹੈ ਖੰਡ ਮੰਡਲ ਵਰਪੰਡਾ, ਨੌ ਖੰਡਾਂ ਦੀ ਪ੍ਰਿਥਵੀ ਆ। ਅਸੀਂ ਹੁਣ ਤੇ ਚਲੋ ਵੱਖਰੇ ਨਾਮ ਰੱਖੇ ਆ, ਪਰ ਇਹ ਜਿਹੜੀ ਧਰਤੀ ਆ ਨਾ, ਇਹਦੇ ਨੌ ਟੁਕੜੇ ਆ, ਨੌ ਟੁਕੜੇ। ਹੁਣ ਵੱਖਰਾ ਆਪਾਂ ਕਹਿਣਾ ਆ ਅਰਬ ਕੰਟਰੀ ਆ, ਆ ਯੂਰਪ ਆ, ਆਪਣਾ ਇੰਡੀਆ ਆ, ਇਹ ਨਾਮ ਆ ਇਹ। ਪਰ ਨੌ ਟੁਕੜਿਆਂ ਦੇ ਪ੍ਰਾਤਨ ਨਾਮ ਹੁੰਦੇ ਸੀ। ਪਹਿਲਾ ਨਾਮ ਪਹਿਲੇ ਖੰਡ ਦਾ ਕਿੰਗ ਪੁਰਖ ਖੰਡ, ਦੂਸਰਾ ਭਦਰ ਖੰਡ, ਤੀਸਰਾ ਕੇਤਮਾਲ ਖੰਡ, ਚੌਥਾ ਹਰ ਖੰਡ, ਪੰਜਵਾਂ ਹਿਰਣੇ ਖੰਡ, ਛੇਵਾਂ ਰਮਿਆ ਖੰਡ, ਸੱਤਵਾਂ ਕੁਸ਼ੂ ਖੰਡ, ਅੱਠਵਾਂ ਇਲਾਬ੍ਰਤ ਖੰਡ, ਤੇ ਨੌਵਾਂ ਭਾਰਤ ਖੰਡ ਜਿਹੜਾ ਆਪਣਾ ਆ। ਇਹ ਚਾਰ ਨੌ ਟੋਟੇ ਆ ਜੀ ਧਰਤੀ ਦੇ, ਜਿਹਨਾਂ ਨੂੰ ਧਰਤੀ ਕਿਹਾ ਜਾਂਦਾ, ਉਹਨਾਂ ਨੂੰ ਜੋੜ ਕੇ ਧਰਤੀ ਬਣਦੀ, ਭਾਵ ਕਿ ਸਾਰੀ ਧਰਤੀ। ਇਹ ਨੌ ਦੇ ਨੌ ਖੰਡ, ਭਾਵ ਕਿ ਸਾਰੀ ਧਰਤੀ ਤੇ ਜਿੰਨੇ ਵੀ ਰਹਿ ਰਹੇ ਆ, ਉਹ ਸਾਰੇ ਤੇਰੇ ਜਸ ਨੂੰ ਗਾਉਂਦੇ ਆ। ਮੰਡਲ 400 ਕੋਹਾਂ ਦਾ ਮੰਡਲ ਆ ਜੀ, ਜਿੱਦਾਂ ਆਪਾਂ ਤਾਰਾ ਮੰਡਲ ਕਹਿ ਦਈਦਾ, ਫਲਾਨਾ ਮੰਡਲ, ਇਹ ਵੀ ਜਿੰਨੇ ਵੀ ਮੰਡਲ ਆ ਤੇਰੇ ਜਸ ਨੂੰ ਗਾਉਂਦੇ। ਵਰਪੰਡਾ, ਸਾਰਾ ਬ੍ਰਹਿਮੰਡ ਹੀ ਤੇਰੇ ਜਸ ਨੂੰ ਗਾਉਂਦਾ। ਕਰ ਕਰ ਰੱਖੇ ਧਾਰੇ,
ਜਿਨ੍ਹਾਂ ਨੂੰ ਆਪ ਹੀ ਤੂੰ ਸਾਜਿਆ ਹੋਇਆ, ਆਪ ਹੀ ਉਹਨਾਂ ਨੂੰ ਮਰਿਆਦਾ ਵਿੱਚ ਧਾਰ ਕੇ ਟਿਕਾਣੇ ਤੇ ਟਿਕਾਇਆ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਆਪੋ ਆਪਣੀ ਮਰਿਆਦਾ ਚ ਆ, ਆਪਾਂ ਕਦੇ ਅਸੀਂ ਭੁੱਲ ਸਕਦੇ ਹਾਂ, ਭੁੱਲਦੇ ਵੀ ਹਾਂ। ਅੱਜ ਤੱਕ ਸੁਣਿਆ ਸੂਰਜ ਦੇ ਚੜ੍ਹਨ ਦਾ ਸਮਾਂ ਹੋ ਗਿਆ, ਉਹਨੂੰ ਚੇਤਾ ਹੀ ਭੁੱਲ ਗਿਆ। ਨਹੀਂ, ਉਹ ਆਪਣੀ ਮਰਿਆਦਾ ਵਿੱਚ ਹੈ। ਅੱਜ ਪੁੰਨਿਆ ਸੀ ਜੀ, ਅੱਜ ਸੂਰਜ ਤੇ ਪੂਰਾ ਹੋਣਾ ਹੀ, ਸੂਰਜ ਵਾਹਿਗੁਰੂ ਚੰਦਰਮਾ ਤੇ ਪੂਰਾ ਹੋਣਾ ਹੀ, ਚੰਦਰਮਾ ਅੱਧਾ ਹੀ ਚੜਿਆ ਹੋਇਆ ਇਹ ਤਾਂ ਕਦੀ ਨਹੀਂ। ਉਹ ਆਪਣੀ ਮਰਿਆਦਾ ਵਿੱਚ ਆ, ਸਾਰਿਆਂ ਨੂੰ ਮਰਿਆਦਾ ਦੇ ਵਿੱਚ ਬੰਨ ਕੇ ਉਹਨਾਂ ਟਿਕਾਣੇ ਤੇ ਟਿਕਾਇਆ ਹੋਇਆ ਆ। ਉਹਨਾਂ ਨੇ ਆਪਣਾ ਆਪਣਾ ਥਾਂ ਧਾਰਿਆ ਹੋਇਆ ਆ। ਅਸੀਂ ਹੈ ਕਿ ਜਿਹੜੇ ਮਰਿਆਦਾ ਤੋਂ ਪਰੇ ਹੋ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵ ਨਗਾਉਂਦੇ ਤੁਹਾਨੂੰ ਸਾਰੇ ਆ, ਪਰ ਉਹਨਾਂ ਦਾ ਗਾਇਆ ਸਫਲਾ ਆ ਜਿਹੜੇ ਤੁਹਾਨੂੰ ਚੰਗੇ ਲੱਗਦੇ ਆ। ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਤੇਰੇ ਪਿਆਰੇ ਭਗਤ ਆ ਰਸਾਲੇ, ਅਕਾਲ ਪੁਰਖ ਦੇ ਵਿੱਚ ਰੱਤੇ ਹੋਏ, ਉਹਤੇ ਰਸੇ ਪਏ ਆ ਜੀ, ਰਸੇ ਪਏ। ਜਿੱਦਾਂ ਹੁਣ ਕਹਿਣਾ ਬਈ ਆਹ ਮੈਂ ਫਲ ਛਕਿਆ, ਰਸੇ ਨਾਲ ਭਰਿਆ ਹੀ ਹੋਇਆ ਸੀ। ਤੇ ਜਿਹੜੇ ਤੇਰੇ ਪਿਆਰੇ ਭਗਤ ਆ ਉਹ ਨਾਮ ਦੇ ਰਸੇ ਨਾਲ ਭਰੇ ਹੀ ਹੁੰਦੇ ਆ, ਭਰੇ ਹੀ ਹੁੰਦੇ ਆ। ਏਦਾਂ ਦੇ ਪਿਆਰੇ ਤੈਨੂੰ ਪਾਉਂਦੇ। ਸਹੀ ਤੁਧ ਨੂੰ ਗਾਵਨ ਜੋ ਤੁਧ ਪਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੱਧਾਂ ਨੂੰ ਕਹਿੰਦੇ ਹੋਰ ਵੀ ਕਈ ਗਾਉਂਦੇ ਆ। ਸੇ ਮੈਂ ਚੇਤਨ ਆਵਨ, ਹੁਣ ਮੈਂ ਇਦੂ ਵੱਧ ਹੋਰ ਬੋਲ ਹੀ ਨਹੀਂ ਸਕਦਾ। ਜਿਹੜੇ ਮੇਰੇ ਚਿੱਤ ਚੇਤੇ ਵਿੱਚ ਵੀ ਨਹੀਂ ਉਹ ਵੀ ਗਾਉਂਦੇ ਆ। ਨਾਨਕ ਕਿਆ ਵਿਚਾਰੇ, ਮੈਂ ਉਹਨਾਂ ਦੀ ਕੀ ਵਿਚਾਰ ਕਰ ਸਕਦਾ। ਰੱਬ ਦੇ ਪਿਆਰਿਆਂ ਦਾ ਅੰਤ ਮੈਂ ਕੀ ਲੈ ਸਕਦਾ। ਜਿਹੜੇ ਉਹਦੀ ਵਿਚਾਰ ਕਰਦੇ ਆ, ਜਿਹੜੇ ਰੱਬ ਦੇ ਜਸ ਨੂੰ ਗਾਉਂਦੇ ਆ, ਮੈਂ ਵਿਚਾਰ ਕਰਕੇ ਦੱਸ ਹੀ ਨਹੀਂ ਸਕਦਾ। ਸੁਰ ਨਰ ਗਣ ਗੰਧਰਬੋ ਜਪਿਓ, ਗੰਧਰਬੇ ਜਪਿਓ, ਰਿਖ ਬੱਪਰੇ ਹਰ ਗਾਇਆ, ਸ਼ੰਕਰ ਬ੍ਰਹਮੇ ਦੇਵੀ ਜਪਿਓ, ਮੁਖ ਹਰ ਹਰ ਨਾਮ ਜਪਿਆ। ਹਰ ਹਰ ਨਾਮ ਜਿਨ੍ਹਾਂ ਮਨ ਭੀਨਾ, ਤੇ ਗੁਰਮੁਖ ਪਾਰ ਪਿਆ, ਕੋਟ ਕੋਟ ਤੇ ਤੀਸ ਧਿਆਇਓ, ਹਰ ਜਪਦਿਆਂ ਅੰਤ ਨਾ ਪਾਇਆ। ਵੇਦ ਪੁਰਾਣ ਸਿਮਰਤ ਹਰ ਜਪਿਆ, ਮੁਖ ਪੰਡਿਤ ਹਰ ਗਾਇਆ, ਨਾਮ ਰਸਾਲ ਜਿਨ੍ਹਾਂ ਮਨ ਵਸਿਆ, ਤੇ ਗੁਰਮੁਖ ਪਾਰ ਪਿਆ, ਅਨੰਤ ਤਰੰਗੀ ਨਾਮ ਜਿਨ ਜਪਿਆ, ਮੈਂ ਗਣਤ ਨਾ ਕਰ ਸਕਿਆ। ਗਿਣਤੀ ਨਹੀਂ ਕਰ ਸਕਦੇ ਜਿੰਨੇ ਜਪਣ ਵਾਲੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਉਹ ਵਾਹਿਗੁਰੂ ਪਰਮੇਸ਼ਰ ਸਦਾ ਹੀ ਸੱਚਾ, ਸਦਾ ਹੀ ਰਹਿਣ ਵਾਲਾ, ਪਹਿਲਾਂ ਵੀ ਸੀ, ਹੁਣ ਵੀ ਆ, ਅੱਗੇ ਵੀ ਰਹਿਣਾ। ਉਹ ਸਾਹਿਬ ਸੱਚਾ ਆ ਜੀ, ਨਾਈ ਦਾ ਅਰਥ ਵਡਿਆਈ, ਉਹਦੀ ਵਡਿਆਈ ਵੀ ਸੱਚੀ ਆ। ਹੈ ਭੀ ਹੋਸੀ ਜਾਏ ਨਾ ਜਾਸੀ, ਉਹ ਹੁਣ ਵੀ ਆ ਜੀ, ਉਹ ਪਹਿਲਾਂ ਵੀ ਸੀ, ਤੇ ਉਹ ਕਿਤੇ ਜਾਣ ਵਾਲਾ ਨਹੀਂ। ਉਹਨੂੰ ਨਾ ਕੋਈ ਜਨਮ ਦੇਣ ਵਾਲਾ, ਜਾਏ ਨਾ ਉਹਨੂੰ, ਉਹ ਜੰਮਦਾ ਨਹੀਂ, ਜਾਸੀ ਉਹਨੇ ਮਰਨਾ ਵੀ ਨਹੀਂ। ਰਚਨਾ ਜਿਹਨੇ ਰਚਾਈ, ਜਿਹਨੇ ਸਾਰੀ ਰਚਨਾ ਰਚਤੀ, ਜਿਹਨੇ ਸਾਰਾ ਬ੍ਰਹਿਮੰਡ ਬਣਾ ਤਾ, ਉਹ ਨਾ ਉਹਨੂੰ ਕੋਈ ਮਾਰਨ ਵਾਲਾ, ਨਾ ਉਹਨੂੰ ਕੋਈ ਜਨਮ ਦੇਣ ਵਾਲਾ। ਉਹ ਹੁਣ ਵੀ ਆ, ਹੈ ਵੀ ਆ, ਭੀ ਉਹ ਪਹਿਲਾਂ ਵੀ ਸੀ, ਹੋਸੀ ਉਹ ਆਉਣ ਵਾਲੇ ਸਮੇਂ 'ਚ ਵੀ ਰਹਿਣਾ। ਸੋਈ ਕਾਜੀ ਜਿਨ ਆਪ ਤਜਿਆ, ਇੱਕ ਨਾਮ ਕੀ ਆ ਆਧਾਰੋ, ਹੈ ਭੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰ। ਉਹ ਸਿਰਜਣਹਾਰ ਪਰਮੇਸ਼ਰ ਉਹ ਸਦਾ ਹੀ ਰਹਿਣ ਵਾਲਾ ਹੈ। ਅੱਛਾ ਜੀ, ਸਿੱਧਾਂ ਨੇ ਕਿਹਾ ਸ੍ਰਿਸ਼ਟੀ ਦੇ ਉਤਪੰਨ ਕਿੱਦਾਂ ਹੋਈ ਜੀ। ਸਤਿਗੁਰੂ ਕਹਿੰਦੇ ਰੰਗੀ ਰੰਗੀ ਭੰਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗਾਂ ਰੰਗਾਂ ਦੀ ਸ੍ਰਿਸ਼ਟੀ ਬਣਾ ਦਿੱਤੀ, ਕੋਈ ਕਾਲੇ ਰੰਗ ਦਾ, ਕੋਈ ਗੋਰੇ ਦਾ, ਕੋਈ ਲਾਲ ਪੀਲੇ। ਫੁੱਲਾਂ ਵਿੱਚ ਕਿੰਨੇ ਤਰ੍ਹਾਂ ਦੇ ਰੰਗ ਆ ਜਾਂਦੇ, ਰੰਗਾਂ ਰੰਗਾਂ ਦੇ, ਭਾਂਤੀ ਭਾਂਤ ਭਾਂਤ ਤਰ੍ਹਾਂ ਕਰਕੇ। ਹੁਣ ਮਨੁੱਖਾਂ ਵਿੱਚ ਦੇਖ ਲਈਏ, ਕੋਈ ਲੰਬਾ ਆ, ਕੋਈ ਮਧਰਾ, ਕੋਈ ਆਸੇ ਪਾਸੇ ਨੂੰ ਚੌੜੇ ਹੋ ਜਾਂਦੇ ਆ, ਕੋਈ ਗਿੱਠ ਮੁੱਠੀਏ। ਕਈ ਤਰ੍ਹਾਂ ਦੀ ਸ੍ਰਿਸ਼ਟੀ ਉਤਪੰਨ ਕਰ ਦਿੰਦੀ। ਜਿਨਸੀ ਜਿਣਸਾਂ ਬੜੀਆਂ ਤਿਆਰ ਕਰਤੀਆਂ, ਹਾਥੀ ਘੋੜੇ ਬਲਦ ਗਊਆਂ ਊਠ ਤਰ੍ਹਾਂ ਤਰ੍ਹਾਂ। ਇਸ ਤਰੀਕੇ ਦੇ ਨਾਲ ਮਾਇਆ ਦੇ ਰਾਹੀਂ ਇਹ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ। ਕਰ ਕਰ ਵੇਖੇ ਕੀਤਾ ਆਪਣਾ, ਜਿਵ ਦਿਸੀ ਵਡਿਆਈ। ਵਡਿਆਈ ਦਾ ਭਾਵ ਜਿੱਦਾਂ ਉਹਨੂੰ ਚੰਗਾ ਲੱਗਦਾ, ਜਿੱਦਾਂ ਉਹਦੀ ਇੱਛਾ ਹੁੰਦੀ ਆ, ਉੱਦਾਂ ਹੀ ਆਪਾਂ ਨੂੰ ਪੈਦਾ ਕਰਕੇ, ਆਪ ਹੀ ਪੈਦਾ ਕਰਨ ਵਾਲਾ ਆਪਾਂ ਨੂੰ ਸਾਰਿਆਂ ਨੂੰ, ਤੇ ਆਪ ਹੀ ਇਹ ਖੇਡਾਂ ਰਚਾਈ ਜਾਂਦਾ, ਤੇ ਆਪ ਹੀ ਖੇਡਾਂ ਦੇਖੀ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਰ ਕਰ ਵੇਖਿਆ ਕੀਤਾ ਆਪਣਾ, ਆਪਣੇ ਕੀਤੇ ਨੂੰ ਆਪ ਦੇਖਦਾ ਵੀ ਆ। ਜੋ ਤਿਸ ਭਾਵ ਹੈ ਸੋਈ ਕਰਸੀ, ਜੋ ਉਹਨੂੰ ਚੰਗਾ ਲੱਗਦਾ ਉਹੀ ਕਰਦਾ ਆ,
ਸਭ ਕੁਛ ਉਹੀ ਹੁੰਦਾ ਆ। ਹੁਕਮ ਨਾ ਕਰਨਾ ਜਾਈ, ਉਹਦੇ ਕੰਮ ਵਿੱਚ ਕੋਈ ਹੁਕਮ ਨਹੀਂ ਕਰ ਸਕਦਾ। ਉਹਦੇ ਕੰਮ ਵਿੱਚ ਇਹ ਨਹੀਂ ਕੋਈ ਕਹਿ ਸਕਦਾ ਕਿ ਆਹ ਨਹੀਂ ਜੀ ਤੂੰ ਇੱਦਾਂ ਨਾ ਕਰੋ ਤੇ ਇੱਦਾਂ ਕਰੋ, ਨਹੀਂ। ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ, ਅਰਦਾਸ ਉਹਤੇ ਹੁਕਮ ਨਹੀਂ ਚੱਲਣਾ, ਅਰਦਾਸ ਚੱਲ ਸਕਦੀ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਉਹ ਵਾਹਿਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਆ। ਇੱਕ ਰਾਜੇ ਹੁੰਦੇ ਆ ਤੇ ਸ਼ਾਹ ਪਾਤ ਸਾਹਿਬ ਜਿਹੜਾ ਰਾਜਿਆਂ ਦਾ ਵੀ ਰਾਜਾ ਹੁੰਦਾ, ਉਹ ਅਕਾਲ ਪੁਰਖ ਆ। ਨਾਨਕ ਰਹਿਣ ਰਜ਼ਾਈ ਗੁਰੂ ਨਾਨਕ ਪਾਤਸ਼ਾਹ ਕੀਰ ਤੇ ਸਿੱਧਾਂ ਨੂੰ ਕਿਤੇ ਆਪਾਂ ਨੂੰ ਸਾਰਿਆਂ ਨੂੰ ਜੋੜ ਕੱਢ ਕੇ ਦੱਸ ਰਹੇ ਆ ਕਿ ਪਿਆਰਿਓ ਜਿਹੜਾ ਰਾਜਿਆਂ ਦਾ ਵੀ ਰਾਜਾ, ਮਹਾਰਾਜਿਆਂ ਦਾ ਵੀ ਰਾਜਾ ਉਹ ਅਕਾਲ ਪੁਰਖ ਆ, ਜਿਹਦੇ ਜਸ ਨੂੰ ਸਾਰੇ ਹੀ ਗਾ ਰਹੇ ਆ। ਉਹਦੀ ਰਜਾ ਵਿੱਚ ਰਹਿਣਾ ਚਾਹੀਦਾ, ਜੇ ਸੁਖੀ ਰਹਿਣਾ ਚਾਹੁੰਦੇ ਆ ਉਹਦੇ ਭਾਣੇ ਵਿੱਚ ਰਹਿਣਾ ਚਾਹੀਦਾ ਤੇ ਸਦਾ ਹੀ ਸੁਖੀ ਰਵਾਂਗੇ। ਇਹ ਵਿਚਾਰਾਂ ਆਪਣੇ ਅੰਦਰ ਵਸਾਉਣੀਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ। ਸਤਿਗੁਰੂ ਕਿਰਪਾ ਕਰਨ ਅੱਗੇ ਤੋਂ ਸਮਤ ਸੋਝੀ ਬਖਸ਼ਿਸ਼ ਕਰਨ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।